स्वागत है किसान वीरो सदकडेरी फार्मिंग दे विच। किसान वीरो अज जिहड़ी वीडियो बना रहे हैं पिंड वजीद के कलां बरनाले जिले का पिंड है। तो बरनाले तो रायकोट रोड के उत्ते पिंड आउंदा जिहड़े घर च वीडियो बना रहे हैं। पहला भी वीडियो कई बनाईआं समरा डेयरी फार्म दोस्तों मनदीप बाई का नाम है। तो बहुत सोहनिया मुरा मझां वीर दुध के उत्ते रखता घरे ते नाल कोई ना कोई पशु विक्री वास्ते भी आउंदा रहिंदा। बहुते पशु इन्हां चो तुसीं जिहड़े अपने चैनल उत्ते इन्हां दीआं वीडियो देख लईआं होणगीआं। सिर्फ इस लई दिखा रहे हैं भी तुहानूं बाई की कलैक्शन पता लग जूगी किदां दे पशु वीर घरे रखदा। तीन झोटियां बहुत सोहनिया वीर अगे तैयार कर रहा। पशु जिहड़े ओह दसो सोहणे सुनखे वीर कोल हुंदे आ मुरा नसल दा बाई शौकीन। अज की इस वीडियो दे विच मेरे ख्याल च जे दसो ये कहना होवे भी हुण तक दी सब तो वड्डी मझ होगी विक्री वास्ते जिहड़ी दिखाउणी आ। इहदे कद काठ दा अंदाजा जदों वीर नाल तुरूगा तुहानूं उदों हो जूगा। हालांकि इत्थों भी तुहानूं पता लगूगा भी इह किन्ना क कद काठ करदी आ। सो सामने बाई का एड्रैस जिहड़ा सामने लिखिया हुआ मझां दीआं कुछ फोटो क्योंकि मझां बाई कोल पहलां तों चंगीआं आउंदीआं। दो झोटियां तुसीं इह वी देख सकदे हो जिहड़ियां इस टाइम घरे होर खड़ीआं। ਬਾਈ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਵੀਰੇ। ਸਤਿ ਸ੍ਰੀ ਅਕਾਲ ਜੀ। ਨਾਮ ਬਾਈ ਮਨਦੀਪ ਸਿੰਘ ਹੀ ਹੈ ਮੇਰੇ ਖਿਆਲ ਚ ਨਾ? ਹਾਂਜੀ ਬਾਈ। ਠੀਕ ਹੈ ਮਨਦੀਪ ਬਾਈ, ਵਪਾਰ ਦਾ ਕੰਮ ਵੀ ਕਰ ਲੈਂਦੇ ਹੋ ਨਾਲ? ਹਾਂ ਵੀਰੇ, ਜ਼ਿਆਦਾ ਨਹੀਂ, ਕੋਈ ਚੰਗਾ ਪਸ਼ੂ ਮਿਲ ਜੇ ਹਰਿਆਣੇ ਚ ਹੀ ਲਿਆਉਣੇ ਆਗੇ। ਠੀਕ ਹੈ, ਕੋਈ ਜ਼ਿਆਦਾ ਨਹੀਂ। ਠੀਕ ਹੈ ਸਰ, ਜਿਹੜੀ ਇੱਧਰ ਅੱਜ ਪੰਜ ਨਾਲ ਖੜੇ ਆ ਇਹਨਾਂ ਚੋਂ ਤਾਂ ਕੋਈ ਵਿਕਰੀ ਵਾਲਾ ਨਹੀਂ? ਨਹੀਂ ਵੀਰੇ, ਘਰ ਹੀ ਰੱਖੀਆਂ ਮੈਨੇ ਤਾਂ ਪੰਜ, ਦੋ ਮੱਝਾਂ ਤਿੰਨ ਕੱਟੀਆਂ ਵੀਰੇ। ਠੀਕ ਹੈ, ਇਹ ਘਰੇ ਪੱਕੀਆਂ ਰੁਕਨੇ? ਹਾਂਜੀ ਹਾਂਜੀ। ਠੀਕ ਹੈ, ਜਿਹੜੀ ਅੱਜ ਇਹ ਮੱਝ ਆਪਾਂ ਵਕਾਊ ਕੀਤੀ ਹੈ, ਹਾਂਜੀ, ਕਿਹਨ ਮਾਸੂ ਅਸੂਣ ਲੱਗੀ ਹੈ? ਇਹ ਵੀਰੇ ਆਪਾਂ ਪਿਛਲੀ ਵਾਰ ਲੈ ਕੇ ਆਏ ਸੀ, ਸਾਢੇ 8-9 ਮਹੀਨੇ ਦੀ ਗੱਭਣ ਸੀ ਉਦੋਂ। ਠੀਕ ਹੈ, ਪਿਛਲੇ ਸਾਲ ਪਰਚੇਜ ਕੀਤੀ ਸੀ ਆਪਾਂ। ਕੀ ਦੁੱਧ ਕੱਢ ਗਈ ਬਾਈ ਤੇਰੇ ਕੋਲ ਆ ਕੇ? ਇਹ ਵੀਰੇ ਮੰਨ ਲਓ ਆਪਾਂ ਉਦੋਂ 8-9 ਮਹੀਨੇ ਦੀ ਪ੍ਰੈਗਨੈਂਟ ਸੀ ਆਪਾਂ ਲੈ ਕੇ ਆਏ ਸੀਗੇ ਜੀ। ਮੇਰੇ ਕੋਲ ਆਉਣ ਤੋਂ ਬਾਅਦ ਪੂਰੀ ਸੈੱਟ ਨਹੀਂ ਹੋਈ ਸੀ। ਅੱਛਾ, ਇੱਕ ਤਾਂ ਉਹ ਸਾਇਲੇਜ ਵਗੈਰਾ ਪਾਉਂਦੇ ਸੀਗੇ। ਠੀਕ ਹੈ, ਆਪਾਂ ਦਾਣਾ ਫੀਡ ਬਦਲ ਗਈ ਸੀਗੀ ਜੀ। ਠੀਕ ਹੈ, ਇਹ ਉਦੋਂ 20 ਦਿਨ ਪਹਿਲਾਂ ਸੂਪੀ ਸੀ ਮੇਰੇ ਕੋਲ ਆ ਕੇ ਜੀ। ਅੱਛਾ, ਇਹਨੇ ਉਸ ਹਿਸਾਬ ਨਾਲ ਵੀ ਮੇਰੇ ਕੋਲ ਜਾਣ 18 ਕਿਲੋ ਜਾਂਦੀ ਕੁਛ ਗ੍ਰਾਮ ਦੁੱਧ ਕੱਢਤਾ ਸੀਗਾ ਜੀ। 18 ਕਿਲੋ 20 ਦਿਨ ਪਹਿਲਾਂ ਸੂ ਕੇ ਵੀ ਕੱਢ ਗਈ ਸੀ? ਹਾਂਜੀ ਬਾਈ, 20 ਦਿਨ ਪਹਿਲਾਂ ਸੂ ਗਈ। ਠੀਕ ਹੈ, ਅੱਛਾ ਇਹਦੇ ਕਿਹੜੇ ਸੀਮਨ ਕਿਹੜਾ ਲੱਗ ਗਿਆ? ਹਾਂ ਵੀਰੇ, ਆਪ ਤਾਂ ਇਹ ਸੁਲਤਾਨ ਬੁੱਢਾ ਖੇੜੇ ਵਾਲੇ ਦੀ ਹੈ ਜੀ। ਠੀਕ ਹੈ, ਇਹਦੇ ਹੁਣ M52 ਤੋਂ ਗੱਭਣਾ ਤੇ M52 ਦਾ ਸੀਮਨ ਤੇ ਇਹ ਆਪਣੇ ਹੱਥੀ ਮੈਂ ਭਰਾਇਆ ਜੀ, ਭਰਾ ਆਪਣੇ ਕੋਲੇ। ਠੀਕ ਹੈ, ਅੱਛਾ ਹੁਣ ਕਿੰਨੇ ਦਿਨ ਬਾਕੀ ਹੈ ਇਹਦੇ? ਵੀਰੇ ਇਹਦੇ ਦਿਨ ਤਾਂ ਪਰਸੋਂ ਪੂਰੇ ਹੋ ਗਏ ਜੀ। ਠੀਕ ਹੈ, ਮਤਲਬ ਕਿਸੇ ਜਾਣੇ ਦੀ ਹੁਣ ਮੇਰੇ ਹਿਸਾਬ ਨਾਲ ਹਲੇ 10-12 ਦਿਨ ਸੂਦੀ ਨਹੀਂ ਹੈਗੀ ਜਿਹੜੀ। 10 ਦਿਨ ਹੋਰ ਲੈ ਜੂਗੀ, ਚੰਗਾ ਭਰ ਜਾਂਦੀ ਹੈ ਬਾਈ। ਪਿਛਲੀ ਵਾਰ ਵੈਸੇ ਤਾਂ 20 ਦਿਨ ਪਹਿਲਾਂ ਸੂਈ ਸੀ, ਪਰ ਹਵਾਨੇ ਦਾ ਆਈਡੀਆ ਹੁੰਦਾ ਹੋਊ। ਬਹੁਤ ਜ਼ਿਆਦਾ ਪਿਛਲੀ ਵਾਰ ਵੀ ਬਹੁਤ ਜ਼ਿਆਦਾ ਬਣ ਗਈ ਸੀ ਵੀਰੇ, ਜਿਵੇਂ ਹੁਣ ਤਿਆਰੀ ਹੈ ਇਸ ਵਾਰ, ਇਸ ਵਾਰ ਤਾਂ ਮਹਾਰਾਜ ਦੀ ਕਿਰਪਾ ਨਾਲ ਬਹੁਤ ਹੀ ਜ਼ਿਆਦਾ ਬਣ ਜੂਗੀ। ਠੀਕ ਹੈ, ਪਿਛਲੀ ਵਾਰ ਵੀ ਬਹੁਤ ਵਧੀਆ ਬਣ ਗਈ, ਬੈਠਣ ਉੱਠਣ ਜਿੱਦੇ ਸੂਈ ਹੈ ਬਹੁਤ ਔਖਾ ਹੋ ਗਿਆ। ਮੇਰੇ ਕੋਲ ਫੋਟੋ ਵੀ ਹੈਗੀ ਇਹਦੀ ਪਿਛਲੀ ਵਾਰ ਦੀ। ਠੀਕ ਹੈ, ਹਾਂਜੀ। ਅੱਛਾ, ਰੇਟ ਇਹਦਾ ਕੀ ਰੱਖਾਂਗੇ ਆਪਾਂ? ਮੋਟੀ ਕਰਾਂਗੇ ਵੀਰੇ, ਇਹਦਾ ਪ੍ਰਾਈਸ ਹੈ ਜੀ। ਠੀਕ ਹੈ, ਅੱਛਾ ਇਹਦੀ ਹਾਈਟ ਲੈਂਥ ਦਾ ਕੋਈ ਆਈਡੀਆ ਹੈਗਾ? ਕਿੰਨਾ ਕੱਦ ਹੋਊਗਾ ਇਹਦਾ ਤੇ ਵੇਲ ਕਿੰਨੀ ਖਊ? ਆਈਡੀਆ ਜੇ ਵੀਰੇ, ਹਾਈਟ ਤਾਂ ਮੇਰੇ ਹਿਸਾਬ ਨਾਲ ਇਹਦੀ 5.5-6 ਫੁੱਟ ਦੇ ਕਰੀਬ ਹੋਊਗੀ। 5.5-5 ਫੁੱਟ ਜਾਨੀ ਅੰਦਾਜ਼ਾ ਹੋਊਗਾ? ਹਾਂਜੀ ਹੋਊਗਾ। ਠੀਕ ਹੈ, ਖੋਲੀ ਬਾਈ ਤੋਰ ਕੇ ਨੂੰ ਵੇਚਣੀ ਹੁਣੇ ਆਪਾਂ ਨਾ? ਹਾਂਜੀ ਬਾਈ, ਹੁਣ ਸੇਲ ਲਈ ਹੈ ਜੀ। ਠੀਕ ਹੈ ਦੋਸਤੋ, ਵਕਾਊ ਹੈ ਬਹੁਤ ਵੱਡੀ ਮੱਝ ਆ। ਪੈਟਪੁੜਾ ਤੁਸੀਂ ਦੇਖ ਲਓ, ਸੁਲਤਾਨ ਬੁੱਢੇ ਖੇੜੇ ਵਾਲੇ ਦੀ ਧੀ ਹੈ ਤੇ ਅੱਗੇ ਗੱਭਣ M52 ਦੇ ਸੀਮਨ ਤੋਂ। 10 ਦਿਨ ਵੀਰ ਕਹਿੰਦਾ ਵੀ ਉਮੀਦ ਹੈ ਹਜੇ ਇਹ ਲੈ ਜੂਗੀ, ਜਦੋਂ ਤੁਰੂਗੀ ਉਦੋਂ ਤੁਹਾਨੂੰ ਇਹਦੇ ਕੱਦ ਦਾ ਅੰਦਾਜ਼ਾ ਹੋਊਗਾ। ਦੂਜੀਆਂ ਮੱਝਾਂ ਇਹਦੇ ਕੋਲ ਦੱਸੋ ਬੱਚੇ ਹੀ ਲੱਗਣਗੀਆਂ ਜੇ ਇਹਨੂੰ ਆਪਾਂ ਹੋਰ ਮੱਝਾਂ ਦੇ ਕੋਲ ਠੱਲਣਾ ਹੋਵੇ। ਤੁਸੀਂ ਆ ਕੇ ਇਹਨੂੰ ਦੇਖ ਕੇ ਆਪਦੀ ਤਸੱਲੀ ਦੇ ਨਾਲ ਖਰੀਦਣਾ, ਕਿਉਂਕਿ ਚੰਗੀ ਕੀਮਤ ਦੀ ਮੱਝ ਰਹਿਣੀ ਹੈ, ਇਹ ਵੱਡੀ ਮੱਝ ਹੈ। ਆ ਕੇ ਜ਼ਰੂਰ ਦੇਖੋ, ਵੀਡੀਓ ਇੱਕ ਮਾਧਿਅਮ ਹੀ ਹੈ ਤੁਹਾਨੂੰ ਪਸ਼ੂ ਦਿਖਾਉਣ ਦਾ। ਸੋ ਬਹੁਤ ਵੱਡੀ ਮੱਝ ਹੈ ਦੋਸਤੋ, ਕੱਦ ਕਾਠ ਵੱਲੋਂ ਹਵਾਨਾ ਵੀ ਬਹੁਤ ਸੋਹਣਾ ਬਣਾਉਂਦੀ ਹੁੰਦੀ ਹੈ, ਪਰ ਧੱਕ ਜਿਹੜੀ ਥੋੜ੍ਹੀ ਜਿਹੀ ਉਹ ਅੱਗੇ ਨੂੰ ਜ਼ਿਆਦਾ ਦਿਸਦੀ ਹੈ ਹਵਾਨੇ ਦੀ। ਥਣ ਸੋਹਣੇ ਹੈ, ਕੱਦ ਕਾਠ ਦਾ ਅੰਦਾਜ਼ਾ ਤੁਸੀਂ ਲਾ ਲਓ ਜੇ ਬਾਈ ਦਾ ਕੱਦ, ਮੇਰੇ ਖਿਆਲ 'ਚ ਜਿਹੜਾ ਬਾਈ ਤੋਰ ਰਿਹਾ ਉਹਦਾ ਚੰਗਾ ਕੱਦ ਹੋਊਗਾ। ਅਤੇ ਇਹਨੂੰ ਦੋਸਤੋ ਮੋੜਨਾ ਤੋਰਨਾ ਔਖਾ ਕੰਮ ਆ, ਵੱਡੀ ਮੱਝ ਆ ਇਹ, ਦੇਖ ਸਕਦੇ ਹੋ ਤੁਸੀਂ ਇਹਦਾ ਕੱਦ ਕਾਠ। ਸਾਹਨਾਂ ਨਾਲੋਂ ਉੱਚੀ ਆ ਦੋਸਤੋ, ਵੱਡੇ ਸਾਹਨਾਂ ਨਾਲ ਦਾ ਕੱਦ ਹੋਊਗਾ ਇਸ ਮੱਝ ਦਾ। ਫਿਰ ਤੋਰਨੀ ਆ ਬਾਈ, ਇੱਕ ਵਾਰ ਹੋਰ ਤੋਰ ਲਈਏ। ਦੋਸਤੋ ਫਿਰ ਤੋਰਦੇ ਆ, ਇਹ ਇੱਕ ਅਜੂਬਾ ਹੀ ਆ ਮੱਝਾਂ ਦੇ ਵਿੱਚ।
एडे वड्डे कातकार दी मज मैं नहीं देखी, मेरे वालों ये पहली है। हो सकता होर वीर ने देखिया होण पर मैं आप दी गल करदा। तो बहुत वड्डे कातकार दी बहुत वड्डी मज फॉर सेल, जिन्हों चंगी लगे कॉन्टैक्ट बाई नाल तुसीं कर सकते हो। नंबर जिहड़ा वो मैं स्क्रीन ते लाया, ताकत इहदे च इन्नी कि दोस्तों भी आप दी मर्जी दे नाल जिधर नूं मर्जी तुर सकदी है। हवाना थोनू जो रुकती है उदों दिखाऊँ, थोड़ी जी धक्क हवाने के अगे नूं है, पर हवाना है वड्डा, मज वड्डी है, उहदे करके हवाना भी वड्डा है। धक्क हवाने की थोड़ी जी अगां नूं ज़्यादा दिखाउंदी है। इत्थों तुसीं हुण हवाना दोस्तों देख सकते हो, हजे पिछों होर भरूगी हवाना। तो इदा का रुख ये हवाने का थन का सहज मैं पहले ही दसता सी दोस्तों, सोहना है। सो बस बहुत है जी, थन ही सही है। सो ये मज दोस्तों बकाऊ है, जिन्हों पसंद आए तो कॉन्टैक्ट नंबर बाई का स्क्रीन उत्ते लगा, तुसीं आके देख के आपकी तसली नाल खरीद सकते हो। धन्यवाद।